ਮੇਰਾ ਨਾਂ ਸ਼ਮਾ। 5-6 ਦਿਨ ਹੋਏ ਨਾ ਬਾਰਡਰ ਸਪਲਾਈ ਦੀ ਮੋਟਰ ਖਰਾਬ ਹੈ ਅਤੇ ਕੀਤੀ ਦੀ ਹੈ। 4-5 ਦਿਨ ਹੋਏ ਤੱਕ ਬਾਰਡਰ ਸਪਲਾਈ ਦੀ ਮੋਟਰ ਨਹੀਂ ਆਈ। ਮੁੱਲੇ ਪਾਣੀ ਲੈਣ ਕੇ ਕਮੇਟੀ ਵਾਲੇ ਉਹ ਨਹੀਂ ਚੱਕ ਸਕਦੇ, ਪਾਣੀ ਨਹੀਂ ਦੇ ਸਕਦੇ। ਮੋਟਰ ਉਹਦਾ ਟੈਂਕ 2-4 ਟੈਂਕ ਦਿਓ, ਦੇਖੋ ਸੇ ਵੀ ਕਿ ਲੋਕਾਂ ਦਾ ਕੀ ਹਾਲ ਹੈ। ਦੋ ਮੋਟਰਾਂ ਲਾਓ, ਮੋਟਰਾਂ ਤਾਂ ਦੋ ਲੱਗਣਗੀਆਂ ਪਰ ਲਾਣਗੇ ਤਾਂ। ਉਦੋਂ ਮੈਂ ਆਖਿਆ ਸੀ ਮਹਾਂ ਦੋ ਮੋਟਰਾਂ ਲਾਓ, ਇੱਕ ਖਰਾਬ ਹੋਏ ਤਾਂ ਦੂਸਰੀ ਲਾਓ। ਹੈਂ, ਉੱਪਰੋਂ ਗਰਮੀ ਆ, ਇੰਨੀ ਬੁਰੀ ਹਾਲਤ ਹੈ। ਬੱਚਨ ਭਾਈ ਕਹਿਣ ਬੰਦ, ਇਹ ਚੀਜ਼ ਖੋਲੋ, ਨੀਰਾ ਪਾਣੀ ਉੱਡਣੀ ਹੈ, ਟੈਂਕੀ ਭੰਡਣੀ ਹੈ, ਪਾਣੀ ਦਿਓ। ਅੱਜ 8 ਦਿਨ ਹੋ ਗਏ ਪਾਣੀ ਛੱਡੇ ਦਾ। ਨਿਆਣੇ ਸਾਰੇ ਧਰਾਏ, ਬੰਦੇ ਧਰਾਏ, ਜਨਾਨੀਆਂ ਧਰਾਈਆਂ, ਡੰਗਰ ਧਰਾਏ, ਕਿ ਕੁੱਥੋਂ ਦੇਈਏ ਪਾਣੀ, ਕੱਪੜੇ ਖੋ ਦੋਈਏ ਨਾ। ਮੇਰਾ ਨਾਂ ਪੰਕਜ ਸਾਗਰ ਹੈ ਜੀ, ਵਾਰਡ ਨੰਬਰ 3 ਵਾਲਾ ਰਹਿਣ ਵਾਲਾ ਮੈਂ, ਅਤੇ 5 ਤੋਂ 6 ਦਿਨ ਹੋ ਗਿਆ ਬਿਲਕੁਲ ਪਾਣੀ ਨਹੀਂ ਆ ਰਿਹਾ, ਔਰ ਲੋਕਾਂ ਦਾ ਬੁਰਾ ਹਾਲ ਹੈ। ਡੰਗਰਾਂ ਨੂੰ, ਜਾਨਵਰਾਂ ਨੂੰ ਕਿੱਥੋਂ ਪਾਣੀ ਦੇਈਏ? ਆਪ ਸੋਚੋ, ਇੰਨੇ ਇੰਨੇ ਬਜ਼ੁਰਗ ਲੋਕ ਨੇ ਪਾਣੀ ਕਿੱਥੋਂ ਬਾਹਰੋਂ ਲੈ ਰਹੇ ਆ, ਤਾਂ ਪਰੇਸ਼ਾਨੀ ਆ ਰਹੀ ਹੈ। ਗੌਰਮੈਂਟ ਇਹ ਨਹੀਂ ਕਰ ਸਕਦੀ ਕਿ 2-4 ਟੈਂਕੀਆਂ ਲੈ ਦੇਣ ਪਾਣੀ, ਜਾਂ ਟੈਂਕਰ ਲੈ ਦੇਣ ਲੋਕਾਂ ਨੂੰ ਪਾਣੀ ਦੇ ਦੇਣ। ਉਹ ਤਾਂ ਛੱਡੋ ਪਰੇ, ਇੱਕ ਅੱਧੀ ਮੋਟਰ ਐਕਸਟਰਾ ਲੈ ਕੇ ਰੱਖ ਲੈਣ, ਫਿਰ ਇੱਕ ਕਮੇਟੀ ਜੋ ਜਦੋਂ ਬਣੀ ਹੈ ਬੁਰਾ ਹਾਲ ਹੈ ਜੀ। ਸੰਪਰਕ ਸਾਰਿਆਂ ਨੇ ਕੀਤਾ, 2-4 ਪੁੱਛਿਆ ਗਿਆ, ਉਹ ਕਹਿੰਦੇ ਕਿ ਅੱਜ ਆ ਰਹੀ ਹੈ, ਕੱਲ੍ਹ ਆ ਰਹੀ ਹੈ, 3 ਦਿਨ ਹੋ ਗਿਆ ਤਾਂ ਕੋਈ ਇਹਦਾ ਰਿਸਪੋਂਸ ਨਹੀਂ ਹੈ। ਬਸ ਇਹ ਕਹਿੰਦੇ ਕਿ ਸ਼ਾਮ ਨੂੰ ਆਉਣੀ, ਸ਼ਾਮ ਨੂੰ ਆਉਣੀ ਹੈ। ਕਿੰਨਾ ਕੁ ਵੇਟ ਕਰੀਏ, ਅੱਗੇ ਥੱਕ ਹਾਰ ਕੇ ਅਸੀਂ ਇੱਥੇ ਆਏ ਹਾਂ। ਆਪਣੀ ਬਿਲਕੁਲ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ, ਇਹ ਕੋਈ ਸੁਣਿਆ ਨਹੀਂ ਹੈ। ਜਦੋਂ ਆਪ ਸਰਕਾਰ ਆਈ ਹੈ, ਇਹਨਾਂ ਦਾ ਬੁਰਾ ਹਾਲ ਹੈ ਜੀ। ਅਸੀਂ ਤਾਂ ਭਰੋਸਾ ਉੱਠ ਚੁੱਕੇ ਸਰਕਾਰ ਤੋਂ, ਤਾਂ ਅਸੀਂ ਚਾਹੁੰਦੇ ਹਾਂ ਜਲਦੀ ਜਲਦੀ ਨਿਪਟਾਰਾ ਕੀਤਾ ਜਾਏ ਅਤੇ ਸਾਨੂੰ ਪਾਣੀ ਦਿੱਤਾ ਜਾਏ। ਔਰ ਮੁਲਾਜ਼ਮ ਦੇ ਕੋਈ ਇੱਥੇ ਹੈ, ਤਾਲਾ ਲੱਗਿਆ ਹੋਇਆ, ਕੋਈ ਬਿਲਕੁਲ ਨਹੀਂ ਹੈ ਇੱਥੇ, ਕੋਈ ਮੌਕੇ 'ਤੇ ਹਾਜ਼ਰ ਨਹੀਂ ਹੈ। ਇੰਨੇ ਲੋਕ ਆਏ ਆ, ਤੁਸੀਂ ਆਪ ਦੇਖ ਸਕਦੇ ਹੋ।